ਪੰਜਾਬ ਦੀ ਖੇਡ ਨੀਤੀ ਦੇਸ਼ ਦੀਆਂ ਵਧੀਆਂ ਨੀਤੀਆਂ ਵਿੱਚੋਂ ਇੱਕ ਰਾਣਾ ਗੁਰਮੀਤ ਸੋਢੀ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ 69ਵੀਂ ਸੀਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਉਦਘਾਟਨ ਤੋਂ ਬਾਅਦ ਬੋਲਦਿਆਂ ਸੋਢੀ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਭਾਰਤ ਦੀਆਂ ਵਧੀਆਂ ਖੇਡ ਨੀਤੀਆਂ ਵਿੱਚੋਂ ਇੱਕ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ, ਮੈਂ ਪਾਲਿਸੀ ਦੇ ਬਾਰੇ ਗੱਲ ਕਰਾਂਗਾ, ਤੁਸੀਂ ਸੁਣਨਾ, ਫਿਰ ਤੁਹਾਨੂੰ ਪੂਰਾ ਗਿਆਨ ਰਹੇਗਾ। ਔਰ ਆਈ ਥਿੰਕ ਇਹ ਵਨ ਆਫ ਦੀ ਬੈਸਟ ਪਾਲਿਸੀ ਜਿਹੜੀ ਇਸ ਵੇਲੇ ਸਾਰੇ ਹਿੰਦੁਸਤਾਨ ਚ ਜਿਹੜੀ ਪੰਜਾਬ ਸਟੇਟ ਦੀ ਹੈ, ਕਿਉਂਕਿ ਇਹ ਜਿਹੜਾ ਅਸੀਂ ਟੋਟਲ ਜਿਹੜਾ ਅਸੀਂ ਲੋਕਾਂ ਨੂੰ, ਬੱਚਿਆਂ ਨੂੰ, ਸਪੋਰਟਸਮੈਨ ਐਂਡ ਵੁਮੈਨ ਨੂੰ ਅਸੀਂ ਪੈਕੇਜ ਦੇ ਰਹੇ ਹਾਂ, ਇਸ ਤੋਂ ਵਧੀਆ ਕੋਈ ਪੈਕੇਜ ਨਹੀਂ ਹੋ ਸਕਦਾ ਹੈਗਾ। ਵੈਦਰ ਇਟ ਇਜ਼ ਅ ਕੈਸ਼ ਅਵਾਰਡ ਔਰ ਇਟ ਇਜ਼ ਅ ਜੋਬਸ ਔਰ ਇਟ ਇਜ਼ ਅ ਟ੍ਰੇਨਿੰਗ ਔਰ ਇਕੁਇਪਮੈਂਟ ਐਵਰੀਥਿੰਗ ਇਨਕਲੂਡ। ਬਿਲਕੁਲ ਬਿਲਕੁਲ, ਅਸੀਂ ਏਸ਼ੀਅਨ ਗੇਮਸ ਨੂੰ ਹੁਣੇ ਤੁਸੀਂ ਸ਼ਾਇਦ ਪੜਿਆ ਹੋਏਗਾ, 11 ਤਰੀਕ ਨੂੰ ਫੰਕਸ਼ਨ ਕੀਤਾ ਸੀ, ਸੀਐਮ ਸਾਹਿਬ ਉਹਦੇ ਚ ਮੁੱਖ ਮਹਿਮਾਨ ਸੀ ਔਰ ਅਸੀਂ 15.5 ਕਰੋੜ ਰੁਪਿਆ ਉਸ ਦਿਨ ਦਿੱਤਾ ਬੱਚਿਆਂ ਨੂੰ, ਏਸ਼ੀਅਨ ਗੇਮਸ ਨੂੰ 1 ਕਰੋੜ ਰੁਪਿਆ, ਮੈਡਲ ਵਿਨਰਸ ਨੂੰ ਔਰ ਕਾਮਨਵੈਲਥ ਨੂੰ ਅਸੀਂ ਦਿੱਤੇ ਨੇ 75 ਲੱਖ, ਗੋਲਡ ਮੈਡਲਿਸਟ ਨੂੰ ਇਸੇ ਤਰ੍ਹਾਂ ਹੀ 50 ਲੱਖ ਔਰ 25 ਲੱਖ ਅਕੋਰਡਿੰਗਲੀ ਸਿਲਵਰ ਐਂਡ ਬਰੋਂਜ਼। ਔਰ ਅਸੀਂ ਟੀਮ ਈਵੈਂਟ ਨੂੰ, ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਟੀਮ ਈਵੈਂਟ ਦਾ ਜਿਹੜਾ ਪੈਸਾ ਹੈ, ਜਿਸ ਤਰ੍ਹਾਂ ਬਾਸਕਟਬਾਲ ਦੀ ਟੀਮ ਹੈ, ਜੇ ਗੋਲਡ ਮੈਡਲ ਜਿੱਤੇ ਨੇ ਤੇ 1 ਕਰੋੜ ਰੁਪਇਆ ਸਾਰਿਆਂ 'ਚ ਵੰਡਿਆ ਜਾਂਦਾ ਹੈ, ਨੈਸ਼ਨਲ ਲੈਵਲ ਤੇ ਵੀ। ਲੇਕਿਨ ਪੰਜਾਬ ਨੇ ਪਹਿਲੀ ਦਫ਼ਾ ਇਹ ਕਦਮ ਚੱਕਿਆ ਕਿ ਜਿੱਥੇ 1 ਕਰੋੜ ਰੁਪਇਆ ਜੇ ਗੋਲਡ ਮੈਡਲ ਜਿੱਤ ਕੇ ਆਉਂਦੇ ਨੇ ਕਿਸੇ ਚੀਜ਼ 'ਚ, ਜਿੰਨਾ ਵੀ ਉਹਦਾ ਇਨਾਮ ਰਾਸ਼ੀ ਹੋਏਗੀ ਇੰਡੀਵਿਜੁਅਲ ਨੂੰ ਦਿੱਤੀ ਜਾਏਗੀ, ਡਿਵਾਈਡ ਨਹੀਂ ਹੋਏਗੀ। ਇਨਫਰਾਸਟ੍ਰਕਚਰ, ਮੇਰੀ ਗੱਲ ਸੁਣੋ, ਜਾਦੂ ਦੀ ਛੜੀ ਤਾਂ ਹੈ ਨਹੀਂ, 6 ਮਹੀਨੇ ਦੇ ਹੋਏ ਮੈਨੂੰ ਮਹਿਕਮਾ ਸੰਭਾਲੇ ਨੂੰ, ਹੁਣ ਤੁਸੀਂ ਦੇਖਣਾ ਅੱਗੇ ਆਉਣ ਵਾਲੇ ਸਾਲ 'ਚ ਕੀ ਹੁੰਦਾ, ਇਨਫਰਾਸਟ੍ਰਕਚਰ ਬੱਲੇ ਬੱਲੇ ਹੋ ਜਾਏਗੀ। ਇੱਕ ਮਿੰਟ ਜਰਾ ਧਿਆਨ ਨਾਲ ਗੱਲ ਸੁਣੋ, ਜਿਹੜੇ ਕੋਚਿਸ ਜਿਹੜੇ ਹੁਣ ਹੈਗੇ ਨੇ ਇਹਨਾਂ ਨੂੰ ਅਸੀਂ ਇਸ ਪਾਲਿਸੀ ਦੇ ਤਹਿਤ ਅਸੀਂ ਕਵਰ ਕਰ ਲਿਆ, ਉਹ ਕੋਚਿਸ ਦਾ ਇੱਕ ਅਲੱਗ ਫੰਕਸ਼ਨ ਹੋਏਗਾ, ਦੈਟ ਵੁੱਡ ਬੀ ਅ ਸੈਪਰੇਟ ਫੰਕਸ਼ਨ ਫਾਰ ਦੀ ਕੋਚਿਸ। ਵੀ ਆਰ ਨੋ, ਆਈ ਐਮ ਨੋਟ ਡਿਨਾਇੰਗ ਦਿਸ, ਕਿ ਜਿਹੜੀ ਪਾਲਿਸੀ ਅਸੀਂ 2018 ਦੀ ਖੇਡ ਪਾਲਿਸੀ ਬਣਾਈ ਹੈ ਉਹਦੇ ਚ ਕੋਚਿਸ ਨੂੰ ਜੋ ਕਿਹਾ ਹੈਗਾ, ਦੈਟ ਵਿਲ ਬੀ ਅ ਸੈਪਰੇਟ ਫੰਕਸ਼ਨ, ਸਾਰਾ ਕੁਝ ਇੱਕੋ ਥਾਂ ਦੀ ਇੱਕੋ ਦਿਨ ਸਾਰਾ 18 ਡਿਸ਼ਿਜ਼ ਤੁਹਾਨੂੰ ਖਵਾ ਦੇਂਗੇ, ਫਿਰ ਸਵਾਦ ਹੀ ਨਾ ਆਏਗਾ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੂਪੇਸ਼ ਕੁਮਾਰ ਦੀ ਰਿਪੋਰਟ।